ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤਾਜ਼ਾ ਮੰਡੀ ਪਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। ਹਾਜ਼ਰ ਹੋਏ ਹਾਂ ਮੰਡੀਆਂ ਦੇ ਨਵੇਂ ਰੇਟ ਲੈ ਕੇ। ਬਾਸਮਤੀ ਦੇ ਰੇਟਾਂ ਵਿੱਚ ਤੇਜ਼ੀ ਜਾਰੀ ਹੈ। ਅੱਜ ਪੰਜਾਬ ਦੇ ਵਿੱਚ ਕੰਬਾਈਨ ਦੀ ਕਟਾਈ ਵਾਲੇ ਬਾਸਮਤੀ ਦੇ ਰੇਟਾਂ ਵਿੱਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋ ਆਓ ਦੇਖਦੇ ਹਾਂ ਕੀ ਰੇਟ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਚੱਲ ਰਹੇ ਹੈ। ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਫਤਿਹਗੜ੍ਹ ਚੂੜੀਆਂ ਮੰਡੀ ਤੋਂ। ਤਾਂ ਇੱਥੇ ਅੱਜ ਕੰਬਾਈਨ ਦੀ ਕਟਾਈ ਵਾਲੀ ਬਾਸਮਤੀ 11-21 4260 ਰੁਪਏ ਕੁਇੰਟਲ ਵਿਕੀ, ਅਤੇ ਹੱਥ ਦੀ ਕਟਾਈ ਵਾਲੇ 11-21 ਦੇ ਰੇਟ 4380 ਰੁਪਏ ਕੁਇੰਟਲ ਹੈ। 17-18 3740 ਰੁਪਏ ਤੋਂ ਲੈ ਕੇ 3860 ਰੁਪਏ ਕੁਇੰਟਲ ਵਿਕਿਆ, ਅਤੇ PB7 ਦਾ ਰੇਟ 3500 ਰੁਪਏ ਕੁਇੰਟਲ ਆ। ਫਾਜ਼ਿਲਕਾ ਮੰਡੀ ਦੇ ਵਿੱਚ ਬਾਸਮਤੀ 11-21 3907 ਰੁਪਏ ਕੁਇੰਟਲ ਵਿਕੀ। ਕਲੈਤ ਮੰਡੀ ਦੇ ਵਿੱਚ ਬਾਸਮਤੀ 11-21 3650 ਰੁਪਏ ਤੋਂ ਲੈ ਕੇ 4185 ਰੁਪਏ ਕੁਇੰਟਲ ਵਿਕੀ, ਅਤੇ 17-18 ਦਾ ਰੇਟ 3450 ਰੁਪਏ ਤੋਂ ਲੈ ਕੇ 3850 ਰੁਪਏ ਕੁਇੰਟਲ ਆ। ਪਿੱਲੂ ਖੇੜਾ ਮੰਡੀ ਦੇ ਵਿੱਚ ਬਾਸਮਤੀ 11-21 3660 ਰੁਪਏ ਤੋਂ ਲੈ ਕੇ 4261 ਰੁਪਏ ਕੁਇੰਟਲ ਵਿਕੀ, ਅਤੇ 17-18 ਦਾ ਰੇਟ 3371 ਰੁਪਏ ਤੋਂ ਲੈ ਕੇ 3755 ਰੁਪਏ ਕੁਇੰਟਲ ਆ। ਮੁੱਛਲ 1401 3515 ਰੁਪਏ ਤੋਂ ਲੈ ਕੇ 3895 ਰੁਪਏ ਕੁਇੰਟਲ ਵਿਕਿਆ। ਪੰਜਾਬ ਦੀ ਨਾਭਾ ਮੰਡੀ ਦੇ ਵਿੱਚ ਬਾਸਮਤੀ 11-21 4385 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3870 ਰੁਪਏ ਕੁਇੰਟਲ ਆ। 1509 3630 ਰੁਪਏ ਕੁਇੰਟਲ ਵਿਕਿਆ। ਸੰਗਰੂਰ ਮੰਡੀ ਦੇ ਵਿੱਚ ਬਾਸਮਤੀ 11-21 3455 ਰੁਪਏ ਤੋਂ ਲੈ ਕੇ 4200 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3285 ਰੁਪਏ ਤੋਂ ਲੈ ਕੇ 3765 ਰੁਪਏ ਕੁਇੰਟਲ ਆ। 1509 3245 ਰੁਪਏ ਤੋਂ ਲੈ ਕੇ 3570 ਰੁਪਏ ਕੁਇੰਟਲ ਵਿਕਿਆ, ਅਤੇ PB7 ਦਾ ਰੇਟ 3265 ਰੁਪਏ ਤੋਂ ਲੈ ਕੇ 3585 ਰੁਪਏ ਕੁਇੰਟਲ ਆ। ਮੁੱਛਲ 1401 3300 ਰੁਪਏ ਤੋਂ ਲੈ ਕੇ 3900 ਰੁਪਏ ਕੁਇੰਟਲ ਵਿਕਿਆ, ਅਤੇ ਨਰਮੇ ਦਾ ਰੇਟ 8550 ਰੁਪਏ ਕੁਇੰਟਲ ਆ। ਗਨੌਰ ਮੰਡੀ ਦੇ ਵਿੱਚ ਬਾਸਮਤੀ 11-21 4211 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3721 ਰੁਪਏ ਕੁਇੰਟਲ ਆ। ਜਾਖਲ ਮੰਡੀ ਦੇ ਵਿੱਚ ਬਾਸਮਤੀ 17-18 3809 ਰੁਪਏ ਕੁਇੰਟਲ ਵਿਕਿਆ, ਅਤੇ 1509 ਦਾ ਰੇਟ 3581 ਰੁਪਏ ਕੁਇੰਟਲ ਆ। ਮੁੱਛਲ 1401 4000 ਰੁਪਏ ਕੁਇੰਟਲ ਵਿਕਿਆ। ਪੰਜਾਬ ਦੀ ਖਨੌਰੀ ਮੰਡੀ ਦੇ ਵਿੱਚ ਬਾਸਮਤੀ 11-21 4000 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3450 ਰੁਪਏ ਤੋਂ ਲੈ ਕੇ 3740 ਰੁਪਏ ਕੁਇੰਟਲ ਆ। 1509 3300 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3850 ਰੁਪਏ ਕੁਇੰਟਲ ਆ। ਨਰਨੌਂਦ ਮੰਡੀ ਦੇ ਵਿੱਚ ਬਾਸਮਤੀ 11-21 4221 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3805 ਰੁਪਏ ਕੁਇੰਟਲ ਆ। ਹਰਿਆਣੇ ਦੀ ਐਲਨਾਬਾਦ ਮੰਡੀ ਦੇ ਵਿੱਚ ਬਾਸਮਤੀ 1509 3595 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3900 ਰੁਪਏ ਕੁਇੰਟਲ ਆ। ਨਰਮਾ 8790 ਰੁਪਏ ਕੁਇੰਟਲ ਵਿਕਿਆ। ਅੰਬਾਲਾ ਸਿਟੀ ਦੇ ਵਿੱਚ ਬਾਸਮਤੀ 11-21 4277 ਰੁਪਏ ਕੁਇੰਟਲ ਵਿਕਿਆ। ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਬਾਸਮਤੀ 11-21 4065 ਰੁਪਏ ਤੋਂ ਲੈ ਕੇ 4300 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3715 ਰੁਪਏ ਤੋਂ ਲੈ ਕੇ 3786 ਰੁਪਏ ਕੁਇੰਟਲ ਆ। 1509 3270 ਰੁਪਏ ਕੁਇੰਟਲ ਵਿਕਿਆ। ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 11-21 4000 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3650 ਰੁਪਏ ਕੁਇੰਟਲ ਆ। 1509 3465 ਰੁਪਏ ਕੁਇੰਟਲ ਵਿਕਿਆ। ਮੁੱਛਲ 1401 ਦਾ ਰੇਟ 3726 ਰੁਪਏ ਕੁਇੰਟਲ ਆ। ਬੇਰੀ ਮੰਡੀ ਦੇ ਵਿੱਚ ਬਾਸਮਤੀ 11-21 4191 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3800 ਰੁਪਏ ਕੁਇੰਟਲ ਆ। ਪਹਿੋਆ ਮੰਡੀ ਦੇ ਵਿੱਚ ਬਾਸਮਤੀ 11-21 4250 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3731 ਰੁਪਏ ਕੁਇੰਟਲ ਆ। 30 ਨੰਬਰ ਬਾਸਮਤੀ 5441 ਰੁਪਏ ਕੁਇੰਟਲ ਵਿਕੀ। ਫਤਿਆਬਾਦ ਮੰਡੀ ਦੇ ਵਿੱਚ ਬਾਸਮਤੀ 11-21 3985 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3560 ਰੁਪਏ ਕੁਇੰਟਲ ਆ। 1509 3445 ਰੁਪਏ ਕੁਇੰਟਲ ਵਿਕਿਆ। ਨਰਮੇ ਦਾ ਰੇਟ 8690 ਰੁਪਏ ਕੁਇੰਟਲ ਆ, ਅਤੇ ਕਪਾਹ 9090 ਰੁਪਏ ਕੁਇੰਟਲ ਵਿਕੀ। ਰਾਣੀਆਂ ਮੰਡੀ ਦੇ ਵਿੱਚ ਮੁੱਛਲ 1401 3746 ਰੁਪਏ ਕੁਇੰਟਲ ਵਿਕਿਆ। ਚੀਕਾ ਮੰਡੀ ਦੇ ਵਿੱਚ ਬਾਸਮਤੀ 11-21 3600 ਰੁਪਏ ਤੋਂ ਲੈ ਕੇ 4050 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3750 ਰੁਪਏ ਕੁਇੰਟਲ ਆ।
ਪੰਜਾਬ ਦੀ ਮੂਣਕ ਮੰਡੀ ਦੇ ਵਿੱਚ ਅੱਜ ਵੀ ਮੁੱਛਲ 1401 ਦੇ ਰੇਟਾਂ ਵਿੱਚ ਚੰਗੀ ਤੇਜ਼ੀ ਰਹੀ। ਇੱਥੇ ਅੱਜ ਮੁੱਛਲ 1401 4005 ਰੁਪਏ ਕੁਇੰਟਲ ਵਿਕਿਆ। ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ ਬਾਸਮਤੀ 1121 4150 ਰੁਪਏ ਕੁਇੰਟਲ ਵਿਕਿਆ ਅਤੇ 1509 ਦਾ ਰੇਟ 3515 ਰੁਪਏ ਕੁਇੰਟਲ ਰਿਹਾ। ਗੁਹਾਣਾ ਮੰਡੀ ਦੇ ਵਿੱਚ ਬਾਸਮਤੀ 1121 3572 ਰੁਪਏ ਤੋਂ ਲੈ ਕੇ 4285 ਰੁਪਏ ਕੁਇੰਟਲ ਵਿਕਿਆ ਅਤੇ 1509 ਦਾ ਰੇਟ 3150 ਰੁਪਏ ਕੁਇੰਟਲ ਰਿਹਾ। 17-18 3800 ਰੁਪਏ ਕੁਇੰਟਲ ਵਿਕਿਆ। ਜਲਾਣਾ ਮੰਡੀ ਦੇ ਵਿੱਚ ਬਾਸਮਤੀ 1121 4200 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3751 ਰੁਪਏ ਕੁਇੰਟਲ ਰਿਹਾ। ਨਰਵਾਣਾ ਮੰਡੀ ਦੇ ਵਿੱਚ ਬਾਸਮਤੀ 1121 4200 ਰੁਪਏ ਕੁਇੰਟਲ ਵਿਕਿਆ ਅਤੇ 1125 ਦਾ ਰੇਟ 3450 ਰੁਪਏ ਤੋਂ ਲੈ ਕੇ 3750 ਰੁਪਏ ਕੁਇੰਟਲ ਰਿਹਾ। 17-18 3500 ਰੁਪਏ ਤੋਂ ਲੈ ਕੇ 3800 ਰੁਪਏ ਕੁਇੰਟਲ ਵਿਕਿਆ। ਰਤੀਆ ਮੰਡੀ ਦੇ ਵਿੱਚ ਬਾਸਮਤੀ 1509 3441 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 3811 ਰੁਪਏ ਕੁਇੰਟਲ ਰਿਹਾ। ਸਮਾਲਕਾ ਮੰਡੀ ਦੇ ਵਿੱਚ ਬਾਸਮਤੀ 1121 4241 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3751 ਰੁਪਏ ਕੁਇੰਟਲ ਰਿਹਾ। ਕੈਥਲ ਮੰਡੀ ਦੇ ਵਿੱਚ ਬਾਸਮਤੀ 1121 4200 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3825 ਰੁਪਏ ਕੁਇੰਟਲ ਰਿਹਾ। 30 ਨੰਬਰ ਬਾਸਮਤੀ 5350 ਰੁਪਏ ਕੁਇੰਟਲ ਵਿਕੀ। ਟਹਾਣਾ ਮੰਡੀ ਦੇ ਵਿੱਚ ਬਾਸਮਤੀ 1121 4200 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3725 ਰੁਪਏ ਕੁਇੰਟਲ ਰਿਹਾ। 1509 3550 ਰੁਪਏ ਕੁਇੰਟਲ ਵਿਕਿਆ ਅਤੇ 1125 ਦਾ ਰੇਟ 3425 ਰੁਪਏ ਕੁਇੰਟਲ ਰਿਹਾ। ਮੁੱਛਲ 1401 3950 ਰੁਪਏ ਕੁਇੰਟਲ ਵਿਕਿਆ। ਹਰਿਆਣੇ ਦੀ ਸਿਰਸਾ ਮੰਡੀ ਦੇ ਵਿੱਚ ਬਾਸਮਤੀ 1509 3350 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3390 ਰੁਪਏ ਕੁਇੰਟਲ ਰਿਹਾ। ਮੁੱਛਲ 1401 3911 ਰੁਪਏ ਕੁਇੰਟਲ ਵਿਕਿਆ ਅਤੇ PB1 ਦਾ ਰੇਟ 3666 ਰੁਪਏ ਕੁਇੰਟਲ ਰਿਹਾ। ਨਰਮਾ 8740 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 9112 ਰੁਪਏ ਕੁਇੰਟਲ ਰਿਹਾ। ਪੰਜਾਬ ਦੀ ਗਿੱਦੜਬਾਹਾ ਮੰਡੀ ਦੇ ਵਿੱਚ ਬਾਸਮਤੀ 1121 3750 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3500 ਰੁਪਏ ਕੁਇੰਟਲ ਰਿਹਾ। 1509 3400 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 3800 ਰੁਪਏ ਕੁਇੰਟਲ ਰਿਹਾ। ਨਰਮਾ 8100 ਰੁਪਏ ਤੋਂ ਲੈ ਕੇ 8755 ਰੁਪਏ ਕੁਇੰਟਲ ਵਿਕਿਆ। ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਰੇਟ 9900 ਰੁਪਏ ਕੁਇੰਟਲ ਰਿਹਾ ਅਤੇ ਬਰਵਾਲਾ ਮੰਡੀ ਦੇ ਵਿੱਚ ਨਰਮਾ 8761 ਰੁਪਏ ਕੁਇੰਟਲ ਵਿਕਿਆ। ਕਪਾਹ ਦਾ ਰੇਟ 9100 ਰੁਪਏ ਕੁਇੰਟਲ ਰਿਹਾ। ਅਬੋਹਰ ਮੰਡੀ ਦੇ ਵਿੱਚ ਨਰਮਾ 8865 ਰੁਪਏ ਕੁਇੰਟਲ ਵਿਕਿਆ ਅਤੇ ਰਾਜਸਥਾਨ ਦੀ ਹਨੂੰਮਾਨਗੜ੍ਹ ਮੰਡੀ ਦੇ ਵਿੱਚ ਨਰਮੇ ਦਾ ਰੇਟ 9971 ਰੁਪਏ ਕੁਇੰਟਲ ਰਿਹਾ। ਪੱਟੂ ਮੰਡੀ ਦੇ ਵਿੱਚ ਨਰਮਾ 8625 ਰੁਪਏ ਕੁਇੰਟਲ ਵਿਕਿਆ। ਸੋ ਕਿਸਾਨ ਵੀਰੋ, ਇਹ ਸੀ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ, ਕਪਾਹ ਅਤੇ ਬਾਸਮਤੀ ਦੇ ਰੇਟ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਨਵੇਂ ਰੇਟ ਲੈ ਕੇ। ਧੰਨਵਾਦ।